ਕੰਗਨਾ ਰਣੌਤ ਬਾਲੀਵੁੱਡ ਦਾ ਵੀ ਵਿਵਾਦਿਤ ਚਿਹਰਾ ਅਤੇ ਪੋਲੀਟਿਕਸ ਦਾ ਵੀ ਇੱਕ ਵਿਵਾਦਿਤ ਚਿਹਰਾ ਬਣ ਚੁੱਕਾ। ਉਹ ਦਿਨ ਕੋਈ ਨਹੀਂ ਹੁੰਦਾ ਜਿਸ ਦਿਨ ਉਹਨੇ ਕੋਈ ਨਾ ਪਵਾੜਾ ਪਾਉਣਾ ਹੁੰਦਾ। ਕਿਸਾਨੀ ਅੰਦੋਲਨ ਤੋਂ ਲੈ ਕੇ ਹੁਣ ਤੱਕ ਉਹਨੇ ਹਮੇਸ਼ਾ ਪੰਜਾਬ ਵਿਰੋਧੀ, ਸਿੱਖ ਵਿਰੋਧੀ ਗੱਲਾਂ ਕੀਤੀਆਂ ਨੇ। ਹਾਲ ਹੀ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ 'ਤੇ ਜੋ ਕਾਂਡ ਵਾਪਰਿਆ ਉਹਨੂੰ ਲੈ ਕੇ ਵੀ ਕੰਗਨਾ ਰਣੌਤ ਨੇ ਬਾਅਦ 'ਚ ਜਿਹੜੀ ਟਿੱਪਣੀ ਕੀਤੀ ਆ, ਪੰਜਾਬ ਨੂੰ ਅੱਤਵਾਦੀ ਸੂਬਾ ਹੀ ਦੱਸ ਦਿੱਤਾ। ਕੁਲਵਿੰਦਰ ਕੌਰ ਜਿਹੜੇ ਕੌਂਸਟੇਬਲ ਨੇ CISF ਦੇ ਵਿੱਚ, ਉਹ ਵਿਵਾਦ ਤੋਂ ਬਾਅਦ ਹੁਣ ਇੱਕ ਜਿਹੜਾ ਵਿਵਾਦ ਹੈ ਕਿ ਪੰਜਾਬ ਨੂੰ ਕਿਵੇਂ ਬਦਨਾਮ ਕੀਤਾ ਗਿਆ, ਉਸ ਪੰਜਾਬ ਨੂੰ ਜਿਹੜਾ ਪੰਜਾਬ ਦੇ ਜਵਾਨ ਸਰਹੱਦਾਂ 'ਤੇ ਇੰਡੀਆ ਮਹਿਫੂਜ਼ ਆ ਅਤੇ ਸਰਹੱਦਾਂ 'ਤੇ ਪੰਜਾਬੀ ਗੱਭਰੂ ਆਪਣੀ ਡਿਊਟੀ ਦੇ ਰਹੇ ਨੇ, ਅਤੇ ਆਖਰ ਅੱਤਵਾਦ ਜਿਹੜਾ ਬੋਲਿਆ ਪੰਜਾਬ ਦੇ ਵਿੱਚ ਕਿ ਅੱਤਵਾਦ ਵੱਧ ਰਿਹਾ, ਉਹਦੀ ਵਜ੍ਹਾ ਕੀ ਆ? ਇਸ ਮਸਲੇ ਦੇ ਵਿੱਚ ਇੰਡੀਅਨ ਐਸੋਸੀਏਸ਼ਨ ਫੋਰ ਲਾਇਰਜ਼, ਅੱਜ ਉਹਨਾਂ ਦਾ ਇੱਕ ਵਫਦ ਮੋਹਾਲੀ ਦੇ SSP ਨੂੰ ਮਿਲਿਆ ਕਿ ਉਹਦੇ ਖਿਲਾਫ਼ ਪਰਚਾ ਦਰਜ ਕੀਤਾ ਜਾਵੇ ਕੰਗਨਾ ਰਣੌਤ 'ਤੇ। ਇਸ ਮੁਤਲਕ ਅਸੀਂ ਉਸ ਐਸੋਸੀਏਸ਼ਨ ਦੇ ਐਗਜੈਕਟਿਵ ਮੈਂਬਰ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ ਦੇ ਸਾਹਿਬ ਦੇ ਨਾਲ ਗੱਲਬਾਤ ਕਰਾਂਗੇ ਕਿ ਆਖਰ ਇਹ ਵਫਦ ਦੇ ਵਿੱਚ ਵਜ੍ਹਾ ਕੀ ਕਿ ਉਹ ਵਫਦ ਨੂੰ ਮਿਲਣਾ ਪਿਆ ਔਰ ਕੀ ਕੰਗਨਾ ਰਣੌਤ ਦੇ ਖਿਲਾਫ਼ ਪਰਚਾ ਦਰਜ ਹੋਏਗਾ। ਤਲਵੀਰ ਸਾਹਿਬ, ਤੁਹਾਨੂੰ ਲੱਗਦਾ ਕਿ ਕੰਗਨਾ ਰਣੌਤ ਨੇ ਹੀ ਪੰਜਾਬ ਨੂੰ ਬਦਨਾਮ ਕਰ ਦਿੱਤਾ? ਹਾਂਜੀ, ਬਦਨਾਮ ਕਰਨ ਦੀ ਬਜਾਏ ਬਦਨਾਮ ਵੀ ਕੀਤਾ, ਅਤੇ ਉਸਨੇ ਜਿਹੜੇ ਸਿੱਖਾਂ ਅਤੇ ਹਿੰਦੂਆਂ ਦੇ ਵਿੱਚ ਨਾ ਪੁਆੜਾ ਪਾਉਣ ਦੀ ਕੋਸ਼ਿਸ਼ ਕੀਤੀ ਆ, ਜੋ ਕਿ BJP ਦੀ ਬੜੀ ਪੁਰਾਣੀ ਰਾਜਨੀਤੀ ਆ ਵੋਟਾਂ ਦੀ। ਇਹ ਜਿਹੜੇ ਘੱਟ ਗਿਣਤੀਆਂ ਹੋਈਆਂ, ਸਿੱਖ ਹੋਏ, ਮੁਸਲਮਾਨ ਹੋਏ, SC ਭਾਈਚਾਰਾ ਹੋਇਆ, ਹੋਰ ਜਿਹੜੀਆਂ ਪੀੜਿਤ ਜਿਹੜੀਆਂ ਹੈ ਨੀ ਜਾਤਾਂ ਨੇ, ਹੋਰ ਨੇ, ਇਹ ਇਹਨਾਂ ਨੂੰ ਇੱਕ ਲੈਬੋਰਟਰੀ ਬਣਾ ਕੇ ਵੋਟਾਂ ਲੈਣ ਦੇ ਪਰਪਸ ਦੇ ਨਾਲ ਜਿਹੜਾ RSS ਅਤੇ BJP ਹਮੇਸ਼ਾ ਇੱਦਾਂ ਹੀ ਕਰਦੀ ਹੈ ਵੀ ਘੱਟ ਗਿਣਤੀਆਂ ਨੂੰ ਤੁਸੀਂ ਬਦਨਾਮ ਕਰੋ ਤਾਂ ਕਿ ਜਿਹੜੀ ਹਿੰਦੂ ਵੋਟ ਹੈ ਵੱਧ ਗਿਣਤੀ ਉਹ ਸਾਡੇ ਵੱਲ ਆ ਜੇ। ਅਤੇ ਕੰਗਨਾ ਨਰਾ ਦੀ ਗੱਲ ਕਰੀਏ, ਇਹਨੇ ਕੋਈ ਆਪ ਬਿਆਨ ਨਹੀਂ ਦਿੱਤਾ, ਸਾਡਾ ਦੋਸ਼ ਹੈ ਕਿ ਇਹਨੇ ਬਿਆਨ ਹੈ ਜਿਹੜਾ ਇਹ ਹਾਈ ਕਮਾਂਡ ਹੈ ਜਿਹੜੀ BJP ਦੀ ਉਹਦੀ ਸਹਿਮਤੀ ਨਾਲ ਅਤੇ ਉਹਦੇ ਇਸ਼ਾਰੇ 'ਤੇ ਦਿੱਤਾ, ਕਿਉਂਕਿ BJP ਹਮੇਸ਼ਾ ਇਹੀ ਕਰਦੀ ਹੈ, ਇਹ ਦੇਖਦੀ ਹੈ ਟੀਕਾ ਲਾ ਕੇ ਲੋਕਾਂ ਨੂੰ ਵੀ ਕਿੰਨਾ ਕੁ ਲੱਗਦਾ ਹੈ, ਉਹ ਕਿਸੇ ਦਾ ਬਿਆਨ ਦੇ ਦਿੰਦਾ, ਬਿਆਨ ਦੇ ਕੇ ਉਸ ਤੋਂ ਬਾਅਦ ਜਿਹੜਾ ਉਹ ਵੀ ਕਿੰਨਾ ਕੁ ਉਹਦਾ ਅਸਰ ਹੁੰਦਾ ਹੈ। ਤੁਸੀਂ ਆਪ ਸੋਚੋ ਅੱਜ ਦੀ ਇਹਨਾਂ ਨੇ ਕੋਈ ਵੀ ਐਕਸ਼ਨ ਜਿਹੜਾ ਸੈਂਟਰ ਨੇ ਜਾਂ ਕੋਈ ਵੀ ਬਿਆਨ ਕੰਗਨਾ ਰਣੌਤ ਦੇ ਖਿਲਾਫ਼ ਨਹੀਂ ਆਇਆ, ਇਹਨੇ ਜਾਣ ਬੁੱਢ ਕੇ ਪੰਜਾਬ ਨੂੰ ਜਿਹੜੇ ਖਾਸ ਕਰ ਸਿੱਖ ਭਾਈਚਾਰਾ ਪੰਜਾਬੀਆਂ ਨੂੰ ਅੱਤਵਾਦੀ ਕਿਹਾ, ਅਤੇ 3 ਕਰੋੜ ਲੋਕਾਂ ਦੀ ਇਹਨੇ ਬੇਇੱਜ਼ਤੀ ਕੀਤੀ ਹੈ, ਅਤੇ ਬਹੁਤ ਜ਼ਿਆਦਾ ਜਿਹੜਾ ਪੰਜਾਬ ਦੇ ਵਿੱਚ ਰੋਸ ਹੈ ਇਸ ਕਰਕੇ, ਅਤੇ ਬਾਰਡਰ ਸਟੇਟ ਹੈ ਵੈਸੇ ਵੀ ਖਤਰਾ ਬਣਿਆ ਰਹਿੰਦਾ, ਇਹ ਦੇਸ਼ ਧਰੋਹ ਦਾ ਜਿਹੜਾ ਮਾਮਲਾ ਇਸ ਦੇ ਖਿਲਾਫ਼ ਹੋਣਾ ਚਾਹੀਦਾ ਦਰਜ, ਅਸੀਂ ਇਹ ਸ਼ਿਕਾਇਤ ਕੀਤੀ SSP ਨੂੰ, ਅਤੇ ਮਾਣਹਾਨੀ ਦਾ ਮੁਕੱਦਮਾ ਵੀ ਦਰਜ ਹੋਣਾ ਚਾਹੀਦਾ, ਕਿਉਂਕਿ ਇਹਨੇ ਸਾਰੇ ਪੰਜਾਬ ਨੂੰ ਅਤੇ ਖਾਸ ਕਰਕੇ ਸਿੱਖ ਭਾਈਚਾਰੇ ਨੂੰ ਜਿਹੜਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਮਤਲਬ ਬਹੁਤ ਵੱਡਾ ਜੁਰਮ ਹੈ ਜਿਹਦੇ ਦੇ ਖਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਵਾਸਤੇ, ਦੰਗੇ ਕਰਾਉਣ ਵਾਸਤੇ ਔਰ ਸੂਬੇ ਨੂੰ ਅੱਤਵਾਦੀ ਕਹਿਣ ਵਾਸਤੇ ਬਹੁਤ ਵੱਡਾ ਜੁਰਮ ਇਹਨੇ ਕੀਤਾ। ਇਸ ਤੋਂ ਵੱਧ ਜੁਰਮ ਕੋਈ ਹੋ ਨਹੀਂ ਸਕਦਾ, ਖਾਸ ਕਰਕੇ ਜਦੋਂ ਇੱਕ ਵਿਅਕਤੀ ਜੋ ਆਪਣੇ ਅਹੁਦੇ 'ਤੇ ਬੈਠਾ ਹੈ, ਇਹ MP ਹੈ, ਸੰਵਿਧਾਨਿਕ ਅਹੁਦਾ ਹੈ, ਸਭ ਤੋਂ ਵੱਡੀ ਜਿਹੜੀ ਚੁਣੀ ਹੋਈ ਸਾਡੀਆਂ ਬੋਡੀਜ਼ ਨੇ ਦੇਸ਼ ਦੀਆਂ, ਸਭ ਤੋਂ ਵੱਡਾ ਅਹੁਦਾ MP ਦਾ, ਉਹ 'ਤੇ ਬੈਠ ਕੇ ਤਾਂ ਸੰਵਿਧਾਨ ਦੀ ਵੀ ਉਲੰਘਣਾ ਕੀਤੀ ਹੈ, ਇਹਨੇ ਦੇਸ਼ ਨੂੰ ਵੀ ਬਦਨਾਮ ਕੀਤਾ ਅਤੇ ਪੰਜਾਬ ਨੂੰ ਵੀ ਬਦਨਾਮ ਕੀਤਾ, ਇਸ ਤੋਂ ਵੱਧ ਕਨਾਉਣਾ ਮੇਰਾ ਖਿਆਲ ਤਾਂ ਕੋਈ ਸਟੇਟਮੈਂਟ ਨਹੀਂ ਹੋ ਸਕਦੀ। ਹਾਲਾਂਕਿ ਇਹਦਾ ਝਗੜਾ ਜੇ ਮੰਨ ਵੀ ਲਈਏ ਹੋਇਆ ਸੀ ਕੌਂਸਟੇਬਲ ਦੇ ਨਾਲ, ਉੱਥੇ ਪੰਜਾਬ 'ਚ ਖਾਲਿਸਤਾਨੀ ਕਿੱਥੇ ਆ ਗਿਆ, ਪੰਜਾਬ 'ਚ ਖਾਲਿਸਤਾਨ ਕਿਵੇਂ ਆ ਗਿਆ, ਅਤੇ ਸਰਕਾਰ ਇਹਨਾਂ ਦੀ ਇਹ ਫੜਨ ਜੇ ਖਾਲਿਸਤਾਨ ਹੈਗਾ, ਲੋਕਾਂ ਨੂੰ ਫੜ ਕੇ ਦੱਸਣ ਵੀ ਇਹ ਖਾਲਿਸਤਾਨੀ ਪੰਜਾਬ 'ਚ ਹੈਗਾ, ਇਹ ਜਾਣ ਬੁੱਝ ਕੇ ਪੰਜਾਬ ਨੂੰ ਬਦਨਾਮ ਕਰ ਜਾ ਰਿਹਾ, ਅਤੇ ਇਹਦਾ ਸਾਰਾ ਅਤੇ ਸਿਰਫ ਪੋਲੀਟੀਕਲ ਜਿਹੜਾ ਮਤਲਬ ਹੈ ਇਹਨਾਂ ਦਾ। ਜਿਵੇਂ ਇਹਦੇ ਉਹ ਥੱਪੜ ਵਾਲੀ ਕਾਂਡ ਹਲੇ ਤਾਂ ਇਹੀ ਕਹਿ ਰਹੀ ਕਿ ਥੱਪੜ ਵਾਲੀ ਕੁੜੀ ਦੀ ਤਾਂ ਜੇ ਕੋਈ ਸਟੇਟਮੈਂਟ ਨਹੀਂ ਆਈ ਕੁਲਵਿੰਦਰ ਕੌਰ ਹੋਣਾ ਦੀ, ਕਿ ਇੱਕ ਥੱਪੜ ਦੀ ਵਜ੍ਹਾ ਨਾਲ ਹੀ ਪੰਜਾਬ 'ਚ ਅੱਤਵਾਦ ਵੱਧ ਡਿਸਟਰਬ ਹੋ ਗਿਆ, ਜਾਂ ਜਿੱਥੇ BJP ਰੂਲ ਕਰ ਰਹੇ ਨੇ ਉੱਥੇ ਇਸ ਤੋਂ ਵੱਡੀਆਂ ਘਟਨਾਵਾਂ ਹੁੰਦੀਆਂ, ਉੱਥੇ ਮਾਹੌਲ ਨਹੀਂ ਤੁਹਾਡੇ ਹਿਸਾਬ ਦੇ ਨਾਲ ਉਹ ਸਹੀ ਹੈ ਜੀ?
ਥੱਪੜ ਵੱਜਿਆ ਨਹੀਂ ਵੱਜਿਆ ਇਹ ਤਾਂ ਇੱਕ ਸਿੱਟ ਬੈਠ ਗਈ, ਇਹਦੇ ਬਾਰੇ ਅਸੀਂ ਕੁਛ ਨਹੀਂ ਕਹਿਣਾ ਚਾਹੁੰਦੇ ਵੀ ਵੱਜਿਆ ਨਹੀਂ ਵੱਜਿਆ, ਇਹ ਤਾਂ ਹੁਣ ਸਿੱਟ ਦੇਖੇਗੀ, ਅਦਾਲਤ ਦੇਖੇਗੀ। ਹੁਣ ਇਸ ਤੋਂ ਵੱਧ ਜਿਹੜੀਆਂ ਹੈਗੀਆਂ ਘਟਨਾਵਾਂ ਕਿੰਨੀਆਂ ਸਾਰੇ ਦੇਸ਼ ਵਿੱਚ ਹੋ ਰਹੀਆਂ ਹੈ, ਸਾਰੇ ਕਈਆਂ ਸਟੇਟਾਂ 'ਚ ਹੋ ਰਹੀਆਂ, ਹੋਰ ਪਾਸੇ ਹੋ ਰਹੀਆਂ, ਉੱਥੇ ਚੁੱਪ ਹੈ। ਦੂਜੀ ਗੱਲ ਇਹ ਹੁਣ ਪੰਜਾਬ ਇਹਨਾਂ ਜਿਹੜੇ ਪੰਜਾਬ ਦੇ 3 ਕਰੋੜ ਵੋਟ ਹੈ, ਵੋਟਰ ਹੈ, ਲੋਕ ਹੈ ਜਿਨ੍ਹਾਂ ਨੇ ਕਰੋੜਾਂ ਲੋਕ ਵੋਟਾਂ ਹੁਣ ਪਾਈਆਂ ਹੈ, ਇਹਦਾ ਮਤਲਬ ਸਾਰੇ ਅੱਤਵਾਦੀ ਹੈ? ਉਹਨਾਂ ਨੇ ਅੱਤਵਾਦੀ ਨਹੀਂ ਵੋਟਾਂ ਪਾਈਆਂ ਜਾਂ ਚੁਣੇ ਹੋਏ ਅੱਤਵਾਦੀ ਨੇ? ਇਹ ਜਾਣ ਬੁੱਝ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਨਾਲ ਆਪਣੀਆਂ ਵੋਟਾਂ ਬਣਾਉਣ ਦੀ ਨੀਤੀ ਨਾਲ ਚੱਲ ਰਹੀ ਹੈ ਜਿਹੜੀ ਬੀਜੇਪੀ ਹੈ, ਅਤੇ ਅਸੀਂ ਇਹਦੀ ਨਿੰਦਾ ਕਰਦੇ ਹਾਂ, ਅਤੇ ਅਸੀਂ ਤਾਂ ਪ੍ਰਧਾਨ ਮੰਤਰੀ ਨੂੰ ਇਹ ਵੀ ਬੇਨਤੀ ਕਰਦੇ ਹਾਂ ਵੀ ਤੁਸੀਂ ਇਹਨੂੰ ਸਸਪੈਂਡ ਕਿਉਂ ਨਹੀਂ ਕਰਦੇ, ਕਿਉਂਕਿ ਇਹਨੇ ਦੇਸ਼ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ, ਇੱਕ ਸਾਰੀ ਸਟੇਟ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਇੱਕ ਸਿੱਖ ਭਾਈਚਾਰਾ ਜੋ ਸਭ ਤੋਂ ਬੜਾ ਦੇਸ਼ ਭਗਤ ਹੈ, ਅਤੇ ਹਰ ਇੱਕ ਦੇਸ਼ ਦੇ ਵਿੱਚ ਕਿਤੇ ਵੀ ਆਫਤ ਆਉਂਦੀ ਹੈ, ਈਵਨ ਹੁਣ ਆਪਾਂ ਨੇ ਕੋਵਿਡ ਵਿੱਚ ਦੇਖੀਏ ਸਭ ਤੋਂ ਅੱਗੇ ਹੋ ਕੇ ਚੱਲਦਾ ਹੈ, ਅਤੇ ਇਹਨੂੰ ਬਦਨਾਮ ਕਰਨ ਦੀ ਕੋਸ਼ਿਸ਼, ਜਾਣ ਬੁੱਝ ਕੇ ਇਹ ਦੇ ਪਿੱਛੇ ਬੀਜੇਪੀ ਦਾ ਹੱਥ ਹੈ, ਤੁਹਾਨੂੰ ਇਹ ਲੱਗਦਾ? ਹਾਂਜੀ ਬਿਲਕੁਲ, ਸਾਡਾ ਦੋਸ਼ ਹੈ, ਲੱਗਦਾ ਇਹ ਦੋਸ਼ ਵੀ ਹੈ, ਸਾਨੂੰ ਲੱਗਦਾ ਵੀ ਇਹੀ ਹੈ। ਤਲਵੀ ਸਾਹਿਬ ਇੱਕ ਹੋਰ ਦੱਸੋ, ਜਿਵੇਂ ਤੁਸੀਂ ਕਿਹਾ ਕਿ 3 ਕਰੋੜ ਪੰਜਾਬੀਆਂ ਦੀ ਇਹਨਾਂ ਨੇ ਬੇਇੱਜ਼ਤੀ ਕੀਤੀ, ਅੱਤਵਾਦੀ ਡਿਕਲੇਅਰ ਕੀਤਾ ਹੈਗਾ, ਪਰ 18% ਵੋਟ ਤਾਂ ਬੀਜੇਪੀ ਦੇ ਲੀਡਰਾਂ ਨੂੰ ਵੀ ਪੈ ਗਈ, ਵੱਖਰੀ ਗੱਲ ਉਹ ਹਾਰ ਗਏ। ਸਰ ਵੋਟਾਂ ਪੈਣ ਨਾਲ ਕਿਸੇ ਦੀ ਸਟੇਟਮੈਂਟ ਠੀਕ ਤਾਂ ਨਹੀਂ ਹੋ ਸਕਦੀ, ਵੋਟਾਂ ਪੈਣ ਨਾਲ ਜੇ ਕਿਸੇ ਨੂੰ, ਮੈਂ ਕਹਿੰਦਾ ਇਹਨੂੰ 18 ਪਈਆਂ, ਚਾਹੇ ਇਹਨਾਂ ਨੂੰ 80% ਪੈ ਜਾਂਦੀਆਂ, ਫਿਰ ਕਿਆ ਇਹਨਾਂ ਨੂੰ ਕੋਈ ਹੱਕ ਹੈ ਦੇਸ਼ ਨੂੰ ਤੋੜਨ ਦਾ, ਜਾਂ ਕਿਸੇ ਸਟੇਟ ਨੂੰ ਬਦਨਾਮ ਕਰਨ ਦਾ, ਜਾਂ ਕਿਸੇ ਭਾਈਚਾਰੇ ਨੂੰ ਬਦਨਾਮ ਕਰਨ ਦਾ? ਵੋਟਾਂ ਦੇ ਨਾਲ ਕਾਨੂੰਨ ਦਾ ਅਤੇ ਸੰਵਿਧਾਨ ਦਾ ਤਾਂ ਕੋਈ ਸੰਬੰਧ ਹੀ ਨਹੀਂ ਹੈ, ਇਹਦਾ ਮਤਲਬ ਵੋਟਾਂ ਪਾ ਕੇ ਜੋ ਮਰਜ਼ੀ ਕਰ ਲਈਏ। ਜੇ ਵੋਟਾਂ ਦੀ ਵੀ ਗੱਲ ਕਰੀਏ, ਸਾਰੇ ਦੇਸ਼ 37% ਪਈਆਂ ਇਹਨਾਂ ਨੂੰ, 63% ਤਾਂ ਇਹਨਾਂ ਦੇ ਲੋਕ ਉਲਟੇ ਆ। ਫਿਰ ਦੂਜੀ ਗੱਲ ਜੇ ਤੁਸੀਂ ਲੋਕ ਸਭਾ 'ਚ ਦੇਖੀਏ, ਜੇ ਹੁਣ ਇਹਨਾਂ ਦਾ ਨਿਸ਼ਾਨਾ ਅਸੀਂ ਸਮਝਦੇ ਹਾਂ ਕਿੱਥੇ ਕਹਿਣਾ ਚਾਹੁੰਦੇ ਹਾਂ ਇਹ ਪੰਜਾਬ ਦੇ ਲੋਕਾਂ ਨੂੰ, ਤਾਂ ਕਿੰਨੇ ਕ੍ਰਿਮੀਨਲ ਲੋਕ ਨੇ ਬੀਜੇਪੀ 'ਚ, ਕਿੰਨੇ ਕਿਸੇ ਦੇ ਬਲਾਤਕਾਰ ਦਾ ਕੇਸ ਹੈ, ਕਿਸੇ ਦੇ ਕਾਤਲ ਦਾ ਕੇਸ ਹੈ, ਉਹ MP ਬਣ ਗਏ, ਉਹ ਮੰਤਰੀ ਬਣ ਗਏ, ਫਿਰ ਆਪਾਂ ਉਹਨਾਂ ਨੂੰ ਬਲਾਤਕਾਰ ਹੀ ਕਹੀਏ, ਜਿੱਦਾਂ ਇਹ ਅੱਤਵਾਦੀ ਕਹਿੰਦੀ ਹੈ ਪੰਜਾਬ ਦੇ ਲੋਕਾਂ ਨੂੰ, ਉਹਨਾਂ ਨੂੰ ਫਿਰ ਆਪਾਂ ਕਾਤਲ ਕਹੀਏ ਸਾਰਿਆਂ ਨੂੰ? ਫਿਰ ਤਾਂ ਇਹਨਾਂ ਦਾ ਦੋਗਲੀ ਪਾਲਿਸੀ ਹੈ, ਆਪਣਿਆਂ ਨੂੰ ਤਾਂ ਤੁਸੀਂ ਸਹੀ ਕਰਕੇ ਰੱਖਣਾ, ਅਤੇ ਦੂਜੇ ਸਟੇਟ ਨੂੰ ਬਦਨਾਮ ਕਰਨਾ ਵਿਦਾਊਟ ਐਨੀ ਰੀਜ਼ਨ। ਜਿਵੇਂ ਅੱਜ ਤੁਹਾਡਾ ਇੱਕ ਵਫਦ ਹੈ, ਵਫਦ ਦੇ ਵਿੱਚ ਇਕੱਲੇ ਤੁਸੀਂ ਮਿਲਿਆ, ਫਿਰ ਕੰਗਣਾ ਰਾਵਤ ਕਹੂਗੀ ਕਿ ਇੱਕ ਸਿੱਖ ਹੀ ਮਿਲਾ ਹੈ ਮੇਰੇ ਖਿਲਾਫ ਪਰਚਾ ਦਰਜ ਕਰਵਾਉਣ ਨੂੰ ਤੁਰੇ ਫਿਰਦੇ ਨੇ? ਇਹਦੇ 'ਚ ਸਾਡੀ ਜਥੇਬੰਦੀ ਦੇ ਬੰਦੇ ਮਿਲੇ ਹੈ, ਅਤੇ ਇਹਦੇ ਵਿੱਚ ਸਾਡੇ ਹਰਿਆਣੇ ਤੋਂ ਵੀ ਕਰਨਧੀਰ ਸਿੰਘ ਬਾਦਰਨ, ਜੋ ਐਕਸ ਚੇਅਰਮੈਨ ਹੈ ਬਾਰ ਕੌਂਸਲ ਦੇ, ਉਹ ਵੀ ਸੀ। ਇਹ ਸਿੱਖਾਂ ਦੀ ਤਾਂ ਗੱਲੇ ਨਹੀਂ ਕੋਈ ਨਹੀਂ, ਉਹ ਜਿਹਦੇ ਪਿੱਛੇ ਸਿੰਘ ਲੱਗਦਾ, ਜਿਹਦੇ ਪਿੱਛੇ ਕੌਰ ਲੱਗਦਾ, ਉਹਨੂੰ ਖਾਲਿਸਤਾਨੀ ਬਣਾ ਦਿੰਦੀ ਨਾ ਕੰਗਣਾ ਰਾਵਤ? ਇਹ ਕੰਗਣਾ ਨਰੌਤ ਨਹੀਂ ਬਣਾਉਂਦੀ, ਇਹ ਇਹਦੀ ਜਿਹੜੀ ਪੋਲਿਸੀ ਹੈ BJP ਅਤੇ RSS ਦੀ, ਇਹ ਪੋਲਿਸੀ ਹੈ ਵੀ ਇਹਨਾਂ ਨੂੰ ਘੱਟ ਗਿਣਤੀਆਂ ਦਾ ਡਰ ਹੈ, ਜਿਹੜਾ ਵੱਧ ਗਿਣਤੀਆਂ ਨੂੰ ਦਵਾਓ ਤਾਂ ਕਿ ਅਸੀਂ ਵੋਟਾਂ ਇਕੱਠੀਆਂ ਕਰੋ, ਇਹੀ ਇਹ ਪੰਜਾਬ 'ਚ ਚਾਹ ਰਹੇ ਸੀ, ਪਰ ਕਾਮਯਾਬ ਨਹੀਂ ਹੋਏ, ਪੰਜਾਬ 'ਚ ਨਹੀਂ ਹੋਣਗੇ, ਕਿਉਂਕਿ ਪੰਜਾਬ ਦਾ ਭਾਈਚਾਰਾ ਬਹੁਤ ਤਕੜਾ ਹੈ, ਹਿੰਦੂ ਸਿੱਖ ਮੁਸਲਮਾਨ ਈਸਾਈ ਸਾਰੇ ਉਰੇ ਮਿਲ ਕੇ ਰਹਿੰਦੇ, ਆਪਾਂ 80 ਦਾ ਦੌਰ ਵੀ ਦੇਖਿਆ, ਲੋਕ ਕਦੇ ਆਪਸ ਵਿੱਚ ਨਹੀਂ ਲੜੇ, ਨਾ ਹੀ ਕਦੇ ਲੜਨਗੇ, ਪਰ ਇਹ ਕੋਸ਼ਿਸ਼ ਜ਼ਰੂਰ ਕਰ ਰਹੇ ਨੇ। ਅੱਛਾ ਜੀ, ਬਾਈ ਦਾ ਵੀ ਮੋਹਾਲੀ ਪੁਲਿਸ ਅਗਰ ਪਰਚਾ ਨਹੀਂ ਦਰਜ ਕਰਦੀ ਜਿਹੜੀ ਤੁਸੀਂ ਕੰਪਲੇਂਟ ਦਿੱਤੀ ਹੈ, ਫਿਰ ਕੀ ਤੁਹਾਡੇ ਵਾਸਤੇ ਰਾਹ ਹੋਏਗਾ? ਜੇ ਮੋਹਾਲੀ ਪੁਲਿਸ ਪਰਚਾ ਨਹੀਂ ਦਰਜ ਕਰੇਗੀ ਤਾਂ ਅਸੀਂ ਦੇ ਖਿਲਾਫ਼ ਪ੍ਰਾਈਵੇਟ ਕੰਪਲੇਂਟ, ਜਿਹਨੂੰ ਇਸਤਗਾਸਾ ਕਹਿੰਦੇ ਹਾਂ, ਉਹ ਆਪਣੀ ਐਸੋਸੀਏਸ਼ਨ ਵੱਲੋਂ ਮੋਹਾਲੀ 'ਚ ਪਾਵਾਂਗੇ, ਅਤੇ ਅਦਾਲਤਾਂ ਤੋਂ, ਮਾਣਯੋਗ ਅਦਾਲਤਾਂ ਤੋਂ ਕਾਨੂੰਨ ਅਨੁਸਾਰ ਇਹਨੂੰ ਸਜ਼ਾ ਦਿਵਾਉਣ ਦੀ ਕੋਸ਼ਿਸ਼ ਕਰਾਂਗੇ। ਚਾਹੇ ਤੁਹਾਨੂੰ ਹਾਈਕੋਰਟ ਤੱਕ ਜਾਣਾ ਪਵੇ, ਚਾਹੇ ਸੁਪਰੀਮ ਕੋਰਟ ਤੱਕ ਜਾਣਾ ਪੈ ਜਾਏ, ਕਿਉਂਕਿ ਸਾਡੀ ਜਿਹੜੀ ਜਥੇਬੰਦੀ ਹੈ ਨੈਸ਼ਨਲ ਲੈਵਲ ਦੀ ਜਥੇਬੰਦੀ ਹੈ, ਸਾਡੇ ਸੁਪਰੀਮ ਕੋਰਟ ਤੋਂ ਲੈ ਕੇ ਸਾਰੇ ਦੇਸ਼ ਵਿੱਚ ਜਿਹੜੇ ਸਾਡੇ ਮੈਂਬਰ ਹੈ, ਅਤੇ ਸਾਨੂੰ ਉੱਤੋਂ ਹੀ ਇਹ ਹਦਾਇਤ ਹੋਈ ਹੈ ਵੀ ਤੁਸੀਂ ਇਹਦੀ ਵਿਰੋਧ ਕਰੋ, ਕਿਉਂਕਿ ਸਾਡੀ ਜਥੇਬੰਦੀ ਦਾ ਮੁੱਖ ਮੰਤਵ ਹੈ ਜਿਹੜਾ ਸੰਵਿਧਾਨ ਨੂੰ ਬਚਾਉਣਾ, ਅਤੇ ਦੇਸ਼ ਨੂੰ ਕਾਨੂੰਨ ਦੇ ਮੁਤਾਬਕ ਚਲਾਉਣ ਦਾ ਜਿਹੜਾ ਸਾਡਾ ਸੰਵਿਧਾਨ ਹੈ, ਜਥੇਬੰਦੀ ਦਾ ਉਹ ਬਣਿਆ ਹੋਇਆ, ਅਸੀਂ ਸੰਵਿਧਾਨ ਦੀ ਰਾਖੀ ਕਰਨੀ ਹੈ। ਜਦੋਂ ਇਹਦਾ ਕ੍ਰਾਈਮ ਖੋਲ੍ਹ ਕੇ ਦੇਖਿਆ ਕਿ ਜਿਹੜਾ ਇਹਨਾਂ ਚੋਣ ਘੋਸ਼ਣਾ ਪੱਤਰ 'ਚ ਆਪਣੇ ਦੇ, ਉਹਦੇ 'ਚ 8 ਕੇਸ ਨੇ, 8 'ਚੋਂ 1 ਚੀਟਿੰਗ ਦਾ, 3-4 ਡੈਫਾਮੇਸ਼ਨ ਦੇ, ਅਤੇ 3-4 ਧਾਰਮਿਕ ਭਾਵਨਾਵਾਂ ਭੜਕਾਉਣ ਵਾਲੇ, ਮਤਲਬ ਹੈਬਚੁਅਲ ਓਫੈਂਡਰ ਨੇ, ਹੈ ਨਾ। ਇਸ ਸਥਿਤੀ ਦੇ ਵਿੱਚ ਜਿਹੜੇ ਕੇਸ ਪੈਂਡਿੰਗ ਨੇ, ਜਿਵੇਂ ਬੀਬੀ ਮਹਿੰਦਰ ਕੌਰ ਨੂੰ ਕਹਿ ਦਿੱਤਾ ਕਿ ਪੰਜਾਬ ਦੀਆਂ ਔਰਤਾਂ 100-100 ਰੁਪਏ ਦੇ ਦਿਹਾੜੀ 'ਤੇ ਆ ਕੇ ਬੈਠ ਜਾਂਦੀਆਂ, ਹੈ ਨਾ,
ਮਤਲਬ ਫਿਰ ਇੱਕ ਤੁਸੀਂ ਹੋਰ ਕੇਸ ਕਰ ਦਿਓ ਤਾਂ ਫਿਰ ਹੱਲ ਕੀ ਆ ਗਏ? 8 ਕੇਸ ਤਾਂ ਪਹਿਲਾਂ ਵੀ ਉਹਦੇ ਖਿਲਾਫ਼ ਚੱਲ ਰਹੇ ਨੇ। ਇਹਦਾ ਹੱਲ ਤਾਂ ਇਹੀ ਹੈ ਵੀ ਜੇ ਪਾਰਟੀ BJP ਸਮਝਦੀ ਹੈ ਵੀ ਅਸੀਂ ਦੇਸ਼ ਨੂੰ ਚਲਾਉਣਾ ਹੈ ਜਾਂ ਅਸੀਂ ਸਭ ਤੋਂ ਵੱਡੀ ਪਾਰਟੀ ਹੈ ਜਾਂ ਸਾਡਾ ਰੂਲ ਹੈ, ਤਾਂ ਇਹਨੂੰ ਇਮੀਡੀਏਟਲੀ ਸਸਪੈਂਡ ਕਰਨਾ ਚਾਹੀਦਾ, ਨਹੀਂ ਤਾਂ ਫਿਰ ਜਾਣ ਬੁੱਝ ਕੇ ਕਰ ਰਹੇ, ਕਿਉਂਕਿ ਇਹਦਾ ਜਿਹੜੀ ਬੈਕਗਰਾਊਂਡ ਦੇਖੋ, ਆਪਣੇ ਕਿਸਾਨਾਂ ਨੂੰ ਵੀ ਇਹ ਅੱਤਵਾਦੀ ਕਹਿੰਦੀ ਸੀ ਅਤੇ ਜਿਹੜੀਆਂ ਬੀਬੀਆਂ ਸਾਡੀਆਂ ਭੈਣਾਂ ਉੱਥੇ ਜਾਂਦੀਆਂ ਸੀ ਉਹਨਾਂ ਨੂੰ ਵੀ ਕਹਿੰਦੇ 100-100 ਰੁਪਏ ਦਿਹਾੜੀ, ਮਤਲਬ ਇਹਦੀ ਬੈਕਗਰਾਊਂਡ ਹੈ ਇਹੀ। ਪਰ ਇਹ ਇਕੱਲੀ ਨਹੀਂ ਹੈ, ਇਹਦੇ ਪਿੱਛੇ ਨਾ BJP ਦਾ ਅਤੇ RSS ਦਾ ਹੱਥ ਹੈ। ਇਹ ਸਾਡਾ ਦੋਸ਼ ਹੈ ਅਤੇ ਪੰਜਾਬ ਦੇ ਲੋਕ ਵੀ ਸਾਰੇ ਇਹੀ ਕਹਿੰਦੇ ਨੇ, ਕਿਉਂਕਿ ਨਹੀਂ ਤਾਂ ਉਹਨੂੰ ਕੱਢ ਦਿੰਦੇ ਉਹਨੂੰ ਪਾਰਟੀ 'ਚੋਂ ਜੇ ਉਹ ਤਾਂ ਉਲਟ ਹੁੰਦੇ। ਹਾਲ ਤੱਕ ਕੋਈ ਬਿਆਨ ਵੀ ਨਹੀਂ ਆਇਆ, ਕਿਸੇ ਨੇ ਕੰਡੈਮ ਵੀ ਨਹੀਂ ਕਰਿਆ, ਉਹਨੂੰ ਇਹ ਵੀ ਨਹੀਂ ਕਿਹਾ ਤੂੰ ਮਾਫ਼ੀ ਮੰਗ ਲੈ, ਬਿਲਕੁਲ ਨਹੀਂ। ਇਸਦਾ ਕਹਿੰਦੇ ਜਾਖੜ ਸਾਹਿਬ ਨੂੰ ਮਾਫ਼ੀ ਮੰਗਣੀ ਚਾਹੀਦੀ ਸਭ ਤੋਂ ਪਹਿਲਾਂ ਪੰਜਾਬ 'ਚ ਇਹਨੇ ਸਾਡੀ ਮੈਂਬਰ ਨੇ ਜਿਹੜੀ ਪਾਰਟੀ ਦੀ ਹੈ BJP ਦੀ MP ਪੰਜਾਬ ਦਾ ਭਾਈਚਾਰਾ ਤੋੜਨ ਦੀ ਕੋਸ਼ਿਸ਼ ਕੀਤੀ ਹੈ, ਜੋ ਕਿ ਬਹੁਤ ਪੱਕਾ ਹੈ। ਜਾਖੜ ਸਾਹਿਬ ਵੀ ਕਹਿੰਦੇ ਹੈ ਵੀ ਹੈ ਵੀ ਇਹਨੂੰ ਇਮੀਡੀਏਟਲੀ ਸਸਪੈਂਡ ਕਰੋ, ਕੋਈ ਕੋਈ ਨਹੀਂ ਮੰਗ। ਜੇ ਇਹਨੇ ਫਿਊਚਰ ਮਾਫ਼ੀ ਮੰਗ ਲੈਂਦੀ ਹੈਗੀ ਹੈ ਫਿਰ ਜੀ, ਕਿ ਮੈਂ ਪੰਜਾਬ ਨੂੰ ਨਹੀਂ ਅੱਤਵਾਦੀ, ਮੈਂ ਦੇਖ ਕੇ ਇੰਸਟਾਂਸ ਨੂੰ ਲੈ ਕੇ ਗੱਲ ਕੀਤੀ ਸੀ। ਫਿਰ ਇਹਦਾ ਤਾਂ ਫੈਸਲਾ ਪੰਜਾਬ ਦੇ ਲੋਕ ਹੀ ਕਰਨਗੇ ਜੀ, ਅਸੀਂ ਤਾਂ ਹੁਣ ਇਕੱਲੀ ਸਾਡੀ ਜਥੇਬੰਦੀ ਦਾ ਨਹੀਂ ਕਰ ਸਕਦੀ, ਤਾਂ ਸਾਰੇ ਪੰਜਾਬ ਦੇ ਲੋਕ ਜਿਹੜੇ ਹੁਣ ਰੋਜ਼ ਤੁਹਾਡੇ ਸਾਹਮਣੇ, ਸਾਰੀਆਂ ਜਥੇਬੰਦੀਆਂ, ਕਿਸਾਨ ਜਥੇਬੰਦੀਆਂ, ਨੌਜਵਾਨ, ਵਪਾਰੀ ਵਰਗ, ਹਰ ਇੱਕ ਯੂਥ ਹੋ ਗਿਆ, ਹੁਣ ਵਕੀਲ ਭਾਈਚਾਰਾ ਵੀ ਹੋ ਗਿਆ ਜੋ ਇਹਦੇ ਖਿਲਾਫ਼ ਬੋਲ ਰਿਹਾ, ਜੋ ਪੰਜਾਬ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੀ ਹੈ, ਸਾਰੇ ਇਕੱਠੇ ਹੋ ਕੇ ਜੋ ਫੈਸਲਾ ਕਰਨਗੇ ਉਹ ਤਾਂ ਪੰਜਾਬ ਦਾ ਫੈਸਲਾ। ਇੱਕ ਹੋਰ ਸਵਾਲ ਦੱਸੋ ਕਿ ਜਿਵੇਂ ਉਹ ਜਿਹੜਾ ਮਸਲਾ ਆ ਗਿਆ ਲੜਕੀ ਵਾਲਾ, ਲੇਡੀ ਕਾਂਸਟੇਬਲ ਜਿਹੜੀ CISF ਦੀ ਹੈਗੀ, ਇੱਕ ਪਾਸੇ ਲੋਕ ਉਹਨੂੰ ਪੰਜਾਬ ਦੀ ਸ਼ੇਰਨੀ ਪੰਜਾਬ ਦੀ, ਇੱਕ ਪਾਸੇ ਇਹਦੇ 'ਤੇ ਟੀਚਰ ਹੈਗਾ ਗੱਲਾਂ ਕਰੀ ਜਾ ਰਹੇ ਕੰਗਣਾ ਰਾਓ ਤੋਂ ਲੈ ਕੇ, ਜਿਹੜਾ ਉਹਦੇ ਖਿਲਾਫ਼ ਕੇਸ ਰਜਿਸਟਰ ਕੀਤਾ 343-341, ਤੁਹਾਡਾ ਲੱਗਦਾ ਕਿ ਬਣਦਾ ਕਿ ਕੇਸ? ਨਹੀਂ, ਸਾਡੇ ਹਿਸਾਬ ਨਾਲ ਮੁੱਢਲੇ ਤੌਰ 'ਤੇ ਤਾਂ ਨਹੀਂ ਬਣਦਾ, ਪਰ ਉਹਦੇ ਤਾਂ ਫਿਰ ਮੈਂ ਕਿਹਾ ਉਹ ਸਿੱਟ ਬੈਠੀ ਆ, ਉਹ ਫੈਸਲਾ ਕਰੇਗੀ। ਹਾਂਜੀ, ਇਹਨੇ ਮਾਹੌਲ ਹੀ ਇੱਦਾਂ ਦਾ ਬਣਾਤਾ, ਇਸਨੇ ਕੰਗਣਾ ਨੇ ਆਪਣੇ MP ਨੇ ਜਿਹੜੇ ਮੈਡਮ ਹੈ ਇਹਨੇ ਮਾਹੌਲ ਹੀ ਇੱਦਾਂ ਦਾ ਬਣਾਤਾ ਵੀ ਜੇ ਬੋਲੇਗੀ ਤਾਂ ਲੋਕ ਇਹਦਾ ਵਿਰੋਧ ਕਰਨਗੇ, ਕਿਉਂਕਿ ਲੋਕ ਇਹਦੀ ਆਦਤ ਤੋਂ ਸਮਝ ਗਏ ਵੀ ਇਹ ਜਿਹੜੀ ਇਹਦੀ ਆਦਤ ਇੱਦਾਂ ਦੀ ਹੈ ਜਾਂ ਇਹ ਪਿੱਛੋਂ ਜਿਹੜੀ ਇਹਨੂੰ ਕੋਈ ਸ਼ੈ ਹੈ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ, ਨਹੀਂ ਤਾਂ ਕੋਈ ਚੱਕਰ ਹੀ ਨਹੀਂ ਸੀ ਮੈਂ ਤੁਹਾਨੂੰ ਕਹਿ ਕੇ ਹਟਿਆ। ਝਗੜਾ ਹੀ ਕਾਂਸਟੇਬਲ ਨਾਲ ਹੋਇਆ, ਉਹ 'ਚ ਪੰਜਾਬ 'ਚ ਅੱਤਵਾਦ ਕਿੱਥੋਂ ਆ ਗਿਆ, ਉਹ 'ਚ ਸਿੱਖ ਅੱਤਵਾਦੀ ਕਿਸ ਤਰ੍ਹਾਂ ਬਣ ਗਏ, ਉਹ 'ਚ ਪੰਜਾਬ 'ਚ ਹਿੰਸਾ ਕਰਨ ਵਾਲੇ ਲੋਕ ਕਿਵੇਂ ਬਣ ਗਏ, ਇਹ ਸੋਚਣ ਦੀ ਲੋੜ ਹੈ ਨਾ ਜੀ। ਹੋ ਸਕਦਾ ਇਹਨੇ ਜਾਣ ਕੇ ਹੀ ਕੋਈ ਇਹ ਗੱਲ ਕਹਿਣ ਵਾਸਤੇ ਹੀ ਕੋਈ ਡਰਾਮਾ ਰਚਿਆ ਹੋਵੇ, ਅਸੀਂ ਤਾਂ ਇਹ ਵੀ ਕਹਿੰਦੇ ਹਾਂ। ਅੱਛਾ, ਜਿਵੇਂ ਤੁਸੀਂ ਅੱਜ SSP ਨੂੰ ਮਿਲੇ ਜਾਂ ਮੋਹਾਲੀ ਪੁਲਿਸ ਨੂੰ ਮਿਲੇ ਹੈਗੇ, ਕੋਈ ਟਾਈਮ ਬਾਊਂਡ ਹੈ ਕਿ ਅਗਰ ਉਹਨੇ ਹਫ਼ਤੇ ਦੇ ਵਿੱਚ 10 ਦਿਨ ਦੇ ਵਿੱਚ ਨਹੀਂ ਪਰਚਾ ਦਰਜ ਕੀਤਾ ਫਿਰ ਤੁਸੀਂ ਅੱਗੇ ਨੈਕਸਟ ਕਾਰਵਾਈ ਕਰੋਗੇ? ਅਸੀਂ 1 ਮਹੀਨਾ ਵੇਟ ਕਰਾਂਗੇ ਅਤੇ ਇਹਦੀ ਕਾਪੀ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਭੇਜੀ ਹੈ, ਅਗਰ ਕੋਈ ਨਾ ਫੈਸਲਾ ਹੋਇਆ ਤਾਂ ਅਸੀਂ ਕੰਪਲੇਂਟ ਪਾਵਾਂਗੇ ਜੀ ਮੋਹਾਲੀ ਕੋਰਟ ਦੇ ਵਿੱਚ। ਮੋਹਾਲੀ ਕੋਰਟ? ਹਾਂਜੀ, ਉਦੋਂ ਫਿਰ ਪੁਲਿਸ ਨੂੰ ਕਾਰਵਾਈ ਕਰਨੀ ਪਏਗੀ, ਫਿਰ ਜੇ ਉਹ ਤਾਂ ਫਿਰ ਜੱਜ ਸਾਹਿਬ ਨੇ ਦੇਖਣਾ ਜੀ, ਉਹਨੂੰ ਸੰਮਣ ਕਰਨਾ ਹੈ, ਜੋ ਵੀ ਲੀਗਲੀ ਪ੍ਰੋਸੈਸ ਹੋਏਗਾ ਜੀ। ਹਾਂਜੀ, ਹੋ ਸਕਦਾ 156(3) 'ਚ ਵੀ ਅਸੀਂ ਪਾਈਏ, ਉਹ ਜ਼ਿਆਦਾ ਕੋਰਟ ਏ ਆਰਡਰ ਕਰਦੇ 156(3) ਦੇ ਵਿੱਚ, ਇਹਦਾ ਕੀ ਮਤਲਬ? ਕੰਪਲੇਂਟ ਵੀ ਉਹ 'ਚ ਕੋਰਟ 'ਚ ਪਾ ਦਿੰਦੇ, ਫਿਰ ਕੋਰਟ ਰੈਫਰ ਕਰ ਦਿੰਦੀ ਹੈ ਪੁਲਿਸ ਨੂੰ ਇਨਕੁਆਇਰੀ ਵਾਸਤੇ, ਕਈ ਵਾਰ ਜੇ ਪੁਲਿਸ ਨਹੀਂ ਕੁਛ ਕਰਦੀ, ਨਹੀਂ ਤਾਂ ਕੋਰਟ ਫਿਰ ਆਪ ਹੀ ਉਹਨੂੰ ਕੰਪਲੇਂਟ ਡੀਲ ਕਰਕੇ ਤਾਂ ਗਵਾਹੀਆਂ ਵਗੈਰਾ ਲੈ ਕੇ ਸਾਰਿਆਂ ਦੀਆਂ, ਤਾਂ ਉਹ ਸੰਮਣ ਵੀ ਕਰ ਸਕਦੀ ਹੈ ਕੋਰਟ, ਕਿਉਂਕਿ ਇਹਦੇ ਖਿਲਾਫ਼ ਵੀਡੀਓ ਵਗੈਰਾ ਸਾਰੀਆਂ ਬਣੀਆਂ ਹੋਈਆਂ, ਇਹਦੇ ਖਿਲਾਫ਼ ਤਾਂ ਸਬੂਤ ਹੈਗਾ ਹੀ ਹੈ, ਅਸੀਂ ਇਕੱਠੇ ਕਰਕੇ ਦੇਵਾਂਗੇ ਅਦਾਲਤ ਵਿੱਚ ਜੀ। ਪਰ ਇੱਕ ਉਹ ਨਾ ਕਿ ਜਿਵੇਂ ਪਿੱਛੇ ਸੁਪਰੀਮ ਕੋਰਟ ਦੇ ਡਾਇਰੈਕਸ਼ਨ ਹੈ ਕਿ ਜਿੰਨੇ ਵੀ MLAs ਜਿੱਤੇ ਹਾਰੇ ਜਾਂ MP ਜਿੱਤੇ ਹਾਰੇ ਉਹਨਾਂ ਦੇ ਖਿਲਾਫ਼ ਜੇ ਕੇਸ ਚੱਲਦੇ ਨੇ, ਇੱਕ ਸਪੀਡ ਦੇ ਨਾਲ ਕਰਨੇ ਹੋਣੇ ਚਾਹੀਦੇ ਨੇ, ਫਾਸਟ ਟਰੈਕ ਦੀ ਕੋਰਟ ਦੇ ਹਿਸਾਬ ਨਾਲ ਕਰਨੇ ਚਾਹੀਦੇ। ਇਹਨਾਂ ਦੇ ਇਸ ਕੇਸ ਦੇ ਵਿੱਚ ਵੀ ਕੰਗਣਾ ਰਾਓ ਦੇ ਖਿਲਾਫ਼ ਜਿਹੜੇ 8 ਚੱਲਦੇ ਨੇ ਕਿ ਜਿੱਥੇ ਜਿੱਥੇ ਕੇਸ ਚੱਲਦਾ ਉਸ ਟਰੈਕ 'ਤੇ ਕਰਨੇ ਚਾਹੀਦੇ ਨੇ? ਬਸ ਸੁਪਰੀਮ ਕੋਰਟ ਦੀ ਤਾਂ ਜੱਜਮੈਂਟ ਤਾਂ ਆ ਜਾਂਦੀ ਹੈ ਜੀ, ਪਰ ਉਹ ਪ੍ਰੈਕਟੀਕਲ ਨਹੀਂ ਇੰਪਲੀਮੈਂਟ ਹੋ ਰਿਹਾ। ਤੁਸੀਂ ਦੇਖੋ ਫਿਰ ਸਾਲਾਂ ਹੀ ਜਿਹੜੇ ਇਹਨਾਂ ਦੇ ਪੋਲੀਟੀਕਲ ਬੰਦਿਆਂ ਦੇ ਖਿਲਾਫ਼ ਫਿਰ ਕੇਸ ਲਟਕੀ ਜਾਂਦੇ ਹੈ ਜੀ। ਹਾਂਜੀ, ਚਲੋ ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ ਸਰ। ਉਹ ਬਿਲਕੁਲ ਜੀ, ਕੰਗਣਾ ਰਾਓਤ ਦਾ ਇੱਕ ਹੋਰ ਵਿਵਾਦ ਦਾ ਵਕੀਲਾਂ ਨੇ, ਦੇਸ਼ ਦੀ ਸਰਵਉੱਚ ਜਿਹੜੀ ਇੱਕ ਵਕੀਲਾਂ ਦੀ ਜਥੇਬੰਦੀ ਆ ਇੰਡੀਅਨ ਐਸੋਸੀਏਸ਼ਨ ਫੋਰ ਲਾਇਰਜ਼, ਉਹਨਾਂ ਨੇ ਵੀ ਕੰਪਲੇਂਟ ਕਰ ਦਿੱਤੀ ਹੈ ਕਿ ਇਸ ਚੁਣੀ ਹੋਈ MP
ਇਹ ਵੀ ਇਲਜ਼ਾਮ ਲਗਾ ਦਿੱਤੇ ਕਿ ਉਹਦੇ ਪਿੱਛੇ BJP ਬੋਲਦੀ ਆ, RSS ਬੋਲਦੀ ਆ, ਅਤੇ ਪੰਜਾਬ ਨੂੰ ਅੱਤਵਾਦ ਕਹਿਣਾ, ਸਿੱਖਾਂ ਨੂੰ ਅੱਤਵਾਦ ਕਹਿਣਾ, ਇਹ ਮਨਿਓਰਟੀ 'ਤੇ ਦਬਾਅ ਪਾਉਣ ਦੀ ਕੋਸ਼ਿਸ਼ ਆ। ਇੱਕ ਲੇਡੀ ਕੌਂਸਟੇਬਲ ਦੇ ਨਾਲ ਝਗੜਾ ਹੋਣਾ ਡਿਊਟੀ ਦੇ ਦੌਰਾਨ, ਅਤੇ ਫਿਰ ਪੰਜਾਬ ਜਾਂ ਪੰਜਾਬੀ ਜਾਂ ਫਿਰ ਸਿੱਖਾਂ ਨੂੰ ਬਦਨਾਮ ਕਰਨ ਦੀ ਇਸ MP ਦੀ ਕਿਹੜੀ ਕੋਝੀ ਚਾਲ ਆ, ਕਿਹੜੀ ਕੋਝੀ ਸਾਜਿਸ਼ ਆ, ਅਤੇ ਉਸ ਸਾਜਿਸ਼ ਦਾ ਪਿੱਛੇ ਉਹ ਕੌਣ ਲੋਕ ਨੇ। ਫਿਲਹਾਲ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ। ਧੰਨਵਾਦ।